ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਫਰੈਂਡਸ ਸਾਰੇ ਜਾਣੇ ਤੁਸੀਂ? ਅੱਜ ਮੈਂ ਜਾ ਰਹੀ ਹਾਂ ਜੀ ਆਪਦੀ ਨਾਨੀ ਕੋਲੇ, ਯਾਨੀ ਕਿ ਮੇਰੀ ਬੀਬੀ ਕੋਲੇ, ਮੇਰੇ ਨਾਨਕੇ ਪਿੰਡ ਹਰਫ ਤੇ ਮੈਂ ਜਾਂਦੀ ਹਾਂ। ਪਹਿਲਾਂ ਅਸੀਂ ਉੱਧਰ ਬੱਸ ਜਾਂਦੇ ਹੁੰਦੇ ਸੀ, ਸਿੱਧਾ ਹੀ ਡਾਇਰੈਕਟ ਵੀ ਬਾਹਰ 'ਚ ਉੱਤਰ ਜਾਂਦੇ ਸੀ ਜਾ ਕੇ। ਅੱਜ ਸਾਨੂੰ ਜਿਹੜਾ ਸਾਡੇ ਮਤਲਬ ਸ਼ਹਿਰ ਬਠਿੰਡੇ ਥੋੜ੍ਹਾ ਜਿਹਾ ਕੰਮ ਹੈ, ਅਤੇ ਮੇਰੇ ਹਸਬੈਂਡ ਵੀ ਹੈ ਜਿਹੜਾ, ਇਹਨਾਂ ਦੀਆਂ ਥੋੜ੍ਹੀਆਂ ਜਿਹੀਆਂ ਨਾ ਮਤਲਬ ਅੱਖਾਂ 'ਚ, ਤੁਹਾਨੂੰ ਦੱਸਿਆ ਸੀ ਪ੍ਰੋਬਲਮ ਹੋਈ ਪਈ, ਇਹਨਾਂ ਨੇ ਮੈਡੀਸਨ ਲੈਣੀ ਸੀ ਡਾਕਟਰ ਤੋਂ, ਅਤੇ ਕਹਿੰਦੇ ਵੀ ਚਲੋ ਨਾਲੇ ਮੈਂ ਮੈਡੀਸਨ ਲੈ ਲੂੰ, ਨਾਲੇ ਅਸੀਂ ਥੋੜ੍ਹਾ ਜਿਹਾ ਸਮਾਨ ਲੈਣਾ ਸੀ ਬਠਿੰਡੇ ਤੋਂ ਬੀਬੀ ਕੋਲੇ ਲੈ ਕੇ ਜਾਣਾ ਸੀ, ਤੇ ਵੀ ਉਹ ਖਰੀਦ ਲਾਂਗੇ, ਤੇ ਫਿਰ ਉਧਰੋਂ ਅਸੀਂ ਬਠਿੰਡੇ ਤੋਂ ਚੜ ਜਾਾਂਗੇ ਸਿੱਧਾ ਬੱਸ। ਤੇ ਜਿਹੜਾ ਮੂਹਰੇ ਆ ਬੀਬੀ, ਉੱਥੇ ਤਲਵੰਡੀ, ਜਿਹੜਾ ਬੀਬੀ ਦਾ ਸ਼ਹਿਰ ਹੈ ਤਲਵੰਡੀ ਸਾਬੋ, ਉੱਥੇ ਬੀਬੀ ਮੂਹਰੇ ਬੱਸ ਸਟੈਂਡ 'ਚ ਆ ਜੂਗੀ, ਤੇ ਨਾਲੇ ਬੀਬੀ ਨੇ ਥੋੜ੍ਹਾ ਜਿਹਾ ਸ਼ੋਪਿੰਗ ਕਰਨੀ ਸੀ। ਬੀਬੀ ਕਹਿੰਦੀ ਚਲੋ ਮੈਂ ਸਮਾਨ ਲੈ ਲੂੰਗੀ, ਨਾਲੇ ਬੀਬੀ ਵਾਸਤੇ ਇੱਕ ਮੈਂ ਸਰਪ੍ਰਾਈਜ਼ ਲੈ ਕੇ ਜਾ ਰਹੀ ਹਾਂ। ਸੋ ਬੀਬੀ ਨੂੰ ਤਾਂ ਪਤਾ ਵੀ ਉਹਦੇ ਵਾਸਤੇ ਕੀ ਆ, ਬੀਬੀ ਵਾਸਤੇ ਮੈਂ ਉਹਨਾਂ ਵਾਸਤੇ ਕੀ ਲੈਤਾ, ਬਟ ਤੁਹਾਨੂੰ ਨਹੀਂ ਪਤਾ। ਸੋ ਤੁਹਾਨੂੰ ਆ ਜਿਹੜਾ ਬੀਬੀ ਦੇ ਘਰੇ ਜਾ ਕੇ ਪਤਾ ਲੱਗੂਗਾ, ਉੱਥੇ ਨਾਨਕੇ ਪਿੰਡ ਜਾ ਕੇ ਦੱਸਾਂਗੇ ਵੀ ਕੀ ਗਿਫਟ ਲੈਤਾ ਬੀਬੀ ਵਾਸਤੇ ਅਤੇ ਕੀ ਸਰਪ੍ਰਾਈਜ਼ ਆ ਸਪੈਸ਼ਲ, ਠੀਕ ਹੈ ਜੀ? ਅਤੇ ਉਹ ਦੇਖਣ ਵਾਸਤੇ ਤੁਸੀਂ ਵੀਡੀਓ ਨੂੰ ਜਿਹੜਾ ਫੁੱਲ ਵਾਚ ਕਰੋ, ਅਤੇ ਫਿਰ ਤੁਹਾਨੂੰ ਪਤਾ ਲੱਗੂਗਾ। ਚਲੋ ਆਪਾਂ ਪਹਿਲਾਂ ਸ਼ਹਿਰ ਜਾਂਦੇ ਹਾਂ, ਮੈਡੀਸਨ ਲੈਂਦੇ ਹਾਂ ਅਤੇ ਸਮਾਨ ਖਰੀਦਦੇ ਹਾਂ, ਅਤੇ ਫਿਰ ਆਪਾਂ ਬੀਬੀ ਕੇ ਪਿੰਡ ਨੂੰ ਆ ਜਿਹੜਾ ਬੱਸ ਚੜਾਂਗੇ, ਠੀਕ ਹੈ ਜੀ? ਫਿਰ ਇੰਜੋਏ ਕਰੋ ਤੁਸੀਂ ਇਹ ਵਲੌਗ, ਲਾਈਕ ਸ਼ੇਅਰ ਕਰਨਾ ਨਾ ਭੁੱਲਿਓ, ਤੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ। ਹੁਣ ਆ ਗਏ ਹਸਪੀਟਲ, ਤੇ ਇੱਥੇ ਪਾਰਕਿੰਗ 'ਚ ਗੱਡੀ ਲਾ ਕੇ ਤੇ ਮੈਡੀਸਨ ਲੈ ਲੈਂਦੇ ਆਪਾਂ, ਡਾਕਟਰ ਸਾਹਿਬ ਆਉਣਗੇ, ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗੂਗਾ, ਤੇ ਫਿਰ ਦਵਾਈ ਲੈ ਕੇ ਘਰੇ ਚਲੇ ਜਾਣਗੇ ਵਾਪਸ, ਤੇ ਮੈਂ ਤੇ ਹਰਫਾ ਜਿਹੜਾ ਨਾਨੀ ਕੇ ਪਿੰਡ ਚਲੇ ਜਾਵਾਂਗੇ, ਅਸੀਂ ਬੱਸ ਚੜਾਂਗੇ ਉੱਥੋਂ ਬੱਸ ਸਟੈਂਡ 'ਚੋਂ। ਲਓ ਫਰੈਂਡਸ, ਹੁਣ ਅਸੀਂ ਆ ਗਏ ਹਾਂ ਬੱਸ ਸਟੈਂਡ, ਮੈਡੀਸਨ ਲੈ ਲਈ, ਤੇ ਹਰਫ ਦੇ ਪਾਪਾ ਦੇ ਲੱਗ ਗਈ ਐਨਕ ਨਿਗਾਹ ਵਾਲੀ, ਜਿਹੜੀ ਇਹਨਾਂ ਦੇ ਸਪੈਕਸ ਆ ਲੱਗ ਚੁੱਕੀ ਹੈ ਪੌਣੇ ਨੰਬਰ ਦੀ 0.75 ਦੀ। ਸੋ ਲਾਈਟਾਂ ਵਗੈਰਾ ਪੈਂਦੀਆਂ ਨਾ ਡਰਾਈਵਿੰਗ ਕਰਦਿਆਂ ਨੂੰ, ਜਾਂ ਫਿਰ ਉਹ ਵੀ ਡਰਾਈਵਿੰਗ ਕਰਦਿਆਂ ਨਿਗਾਹ ਲੱਗਦੀ ਹੈ, ਸੋ ਤਾਂ ਲੱਗਣੀ ਸੀ ਇੱਕ ਦਿਨ। ਮਾੜਾ ਜਿਹਾ ਆ ਖੜੀ ਹੈ ਬੀਬੀ, ਆ ਦੇਖੋ ਬੀਬੀ ਨੂੰ ਮਿਲ ਲਈ ਅਤੇ ਬੱਸ ਸਟੈਂਡ ਉੱਤਰ ਗਏ, ਅਸੀਂ ਹੁਣ ਅਸੀਂ ਜਾਂਦੇ ਹਾਂ ਮਾਰਕੀਟ 'ਚ। ਅਤੇ ਫਰੈਂਡਸ, ਹੁਣ ਅਸੀਂ ਸ਼ੋਪ 'ਤੇ ਬੈਠੇ ਹਾਂ, ਅਤੇ ਬੀਬੀ ਨੂੰ ਪਿੱਕ ਕਰ ਲਿਆ ਸੀਗਾ, ਅਤੇ ਸਮਾਨ ਲੈਣਾ ਸੀ ਥੋੜ੍ਹਾ ਜਿਹਾ, ਯਾਨੀ ਕਿ ਘਿਓਰ ਲਾਉਣਾ ਸੀ 2 ਕਿਲੋ, ਤੁਹਾਡੇ ਨਾਲ ਵੀ ਜਿਹੜੀ ਰੈਸਪੀ ਹੈ ਸ਼ੇਅਰ ਕਰਨੀ ਹੈ। ਅਤੇ ਫਿਰ ਬੀਬੀ ਬੈਠੀ ਹੈ, ਅਤੇ ਫਿਰ ਬੀਬੀ ਕਹਿੰਦੀ ਵੈਸ ਸ਼ੋਪ ਤੋਂ ਸਮਾਨ ਲੈਂਦੇ ਹਾਂ, ਪਹਿਲਾਂ ਇੱਥੇ ਲੈਂਦੇ ਆ। ਸੋ ਅਸੀਂ ਸਮਾਨ ਕਰਾ ਲਿਆ, ਅਤੇ ਥੋੜ੍ਹਾ ਜਿਹਾ ਮਾਰਕੀਟ 'ਚ ਹੋਰ ਕੰਮ ਹੈ, ਅਤੇ ਉਸ ਤੋਂ ਬਾਅਦ ਜਿਹੜਾ ਫਿਰ ਅਸੀਂ ਘਰੇ ਜਾਵਾਂਗੇ, ਅਤੇ ਤੁਹਾਡੇ ਨਾਲ ਰੈਸਪੀ ਵੀ ਸ਼ੇਅਰ ਕਰਾਂਗੇ, ਠੀਕ ਹੈ ਜੀ? ਫਿਰ ਸਮਾਨ ਕਰਾ ਲਈਏ ਸ਼ੋਪ ਤੋਂ, ਅਤੇ ਹਰ ਨੂੰ ਥੋੜ੍ਹੀ ਜਿਹੀ ਮੈਡੀਸਨ ਦਵਾਉਣੀ ਹੈ। ਲਓ ਜੀ, ਹੁਣ ਆ ਗਏ ਆਪਾਂ ਬੀਬੀ ਦੇ ਘਰੇ, ਅਤੇ ਬਾਹਰ 'ਚ ਉੱਤਰ ਗਏ ਹਾਂ ਬੱਸ ਤੋਂ, ਅਤੇ ਸਮਾਨ ਬਹੁਤ ਆ ਆਪਣੇ ਕੋਲ, ਸੋ ਬਾਹਰ 'ਚ ਆ ਗਏ ਜੀ। ਚਲੋ ਫਿਰ ਅੰਦਰ ਚੱਲਦੇ ਹਾਂ ਘਰੇ। ਦੱਸਿਆ ਸੀਗਾ ਜੀ ਬੀਬੀ ਵਾਸਤੇ ਸਰਪ੍ਰਾਈਜ਼ ਲੈ ਕੇ ਆਉਂਦਾ, ਬੀਬੀ ਵਾਸਤੇ ਸਰਪ੍ਰਾਈਜ਼ ਗਿਫਟ ਹੈਗਾ ਗਾ ਬੀਬੀ ਦਾ ਟੱਚ ਫੋਨ, ਬੀਬੀ ਨੂੰ ਫੋਨ ਲਿਆ ਕੇ ਦਿੱਤਾ। ਬੀਬੀ ਦੀ ਜਿਹੜੀ ਇੱਕ ਸਿਸਟਰ ਹੈ, ਮਤਲਬ ਬੀਬੀ ਦੀ ਭੈਣ, ਉਹ ਬਾਹਰ ਰਹਿੰਦੇ ਆ, ਸੋ ਉਹਨਾਂ ਨੂੰ ਬੀਬੀ ਨੇ ਵੀਡੀਓ ਕਾਲ ਕਰਨੀ ਹੁੰਦੀ, ਅਤੇ ਬੀਬੀ ਕਹਿੰਦੀ ਮੈਂ ਤੁਹਾਨੂੰ ਵੀਡੀਓ ਕਾਲ ਕਰ ਲਿਆ ਕਰੂੰ, ਅਤੇ ਆਹ ਬੀਬੀ ਦੇ ਫੋਨ ਦਾ ਚਾਰਜਰ ਹੋ ਗਿਆ, ਅਤੇ ਬੀਬੀ ਦਾ ਫੋਨ, ਸੋ ਅਸੀਂ ਸਿਮ ਲੈਣਾ ਸੀ ਉੱਥੋਂ, ਕਨੈਕਸ਼ਨ ਦਵਾਉਣਾ ਸੀ ਬੀਬੀ ਨੂੰ, ਅਤੇ ਫਿਰ ਉਹ ਮਤਲਬ ਸਾਨੂੰ ਪਤਾ ਨਹੀਂ ਸੀਗਾ ਵੀ ਨੈਟਵਰਕ ਕਾਹਦਾ ਰਹਿੰਦਾ ਬੀਬੀ ਕੇ ਵਧੀਆ, ਸੋ ਕੱਲ੍ਹ ਨੂੰ ਫਿਰ ਬੀਬੀ ਲੈ ਲੂਗੀ, ਅਤੇ ਫੋਨ ਲਿਆ ਕੇ ਦਿੱਤਾ ਬੀਬੀ ਨੂੰ, ਅਤੇ ਫਿਰ ਤੁਹਾਨੂੰ ਵੀ ਦਿਖਾ ਦਿੰਦੇ ਹਾਂ। ਆਹ ਹੈਗਾ ਜੀ ਬੀਬੀ ਦਾ ਫੋਨ, ਬੀਬੀ ਚਲਾਉਣਾ ਸਿੱਖ ਲੂਗੀ, ਬੀਬੀ ਨੂੰ ਚਲਾਉਣਾ ਸਿਖਾ ਦੂੰਗੀ। ਅਤੇ ਹੁਣ ਹੋ ਚੁੱਕਿਆ ਜੀ ਸ਼ਾਮ ਦਾ ਟਾਈਮ, ਸੋ ਸਾਨੂੰ ਜਿਹੜਾ ਮੈਨੂੰ ਵੀ ਉੱਥੋਂ ਗਾਂਹ ਤੋਂ ਤੁਰਦੀ ਨੂੰ ਪਿੰਡ ਆਉਂਦੀ ਨੂੰ ਕਾਫੀ ਹੈ ਜਿਹੜਾ ਟਾਈਮ ਲੱਗ ਗਿਆ ਸੀ, ਲੇਟ ਹੋ ਗਏ ਸੀ, ਸੋ ਅਸੀਂ ਮੈਂ ਅਤੇ ਬੀਬੀ 4:30 ਦੇ ਤਕਰੀਬਨ ਜਿਹੜਾ ਘਰੇ ਪਹੁੰਚੇ ਬੱਸ ਤੋਂ ਉੱਤਰੇ, ਅਤੇ ਫਿਰ ਰੋਟੀ ਟੁੱਕ ਕਰਨਾ ਕਿਉਂਕਿ ਬਹੁਤ ਜ਼ਿਆਦਾ ਹਨੇਰਾ ਹੋ ਜਾਂਦਾ, ਤੁਹਾਨੂੰ ਪਤਾ ਸਰਦੀਆਂ 'ਚ ਦਿਨ ਬਹੁਤ ਛੋਟੇ ਹੁੰਦੇ ਆ, ਸੋ ਬੀਬੀ ਕਹਿੰਦੀ ਵੀ ਮੈਂ ਤਾਰਾਂ ਕੱਢ ਲੈਂਦੀ ਹੈ, ਅਤੇ ਮੈਂ ਬੀਬੀ ਨੂੰ ਕਿਹਾ ਵੀ ਚਲੋ ਮੈਂ ਜਿਹੜਾ ਹੈਗਾ ਚੁੱਲ੍ਹੇ ਚੌਂਕੇ ਦਾ ਕੰਮ ਕਰ ਲੈਂਦੀ ਹਾਂ, ਸੋ ਪਹਿਲਾਂ ਮੈਂ ਚੁੱਲ੍ਹੇ 'ਚੋਂ ਜਿਹੜੀ ਸਵਾਹ ਕੱਢ ਦੂੰਗੀ, ਅਤੇ ਨਾਲੇ ਬੀਬੀ ਨੂੰ ਮੈਂ ਕਿਹਾ ਬੀਬੀ ਅੱਜ ਤੈਨੂੰ ਮੈਂ ਚਲ ਮੈਂ ਪਕਾ ਕੇ ਖਵਾ ਦਿੰਦੀ ਹਾਂ, ਵਿਚਾਰੀ ਨੂੰ ਰੋਟੀਆਂ ਰੋਜ਼ ਹੀ ਆਪ ਪਕਾ ਕੇ ਖਾਂਦੀ ਹੈ, ਸੋ ਕਿੱਡੀ ਕੁ ਵੱਡੀ ਗੱਲ ਹੈ, ਅਤੇ ਬਾਕੀ ਅਸੀਂ 2-3 ਜਾਣੇ ਤਾਂ ਹੈਗੇ ਹਾਂਗੇ, ਸਾਡੇ ਕਿ ਮਤਲਬ ਇੰਨਾ ਕੰਮ ਸੀਗਾ ਰੋਟੀ ਟੁੱਕ ਦਾ, ਸੋ ਮੈਂ ਚੁੱਲ੍ਹੇ ਚੌਂਕੇ ਦਾ ਜਿਹੜਾ ਇੱਥੋਂ ਸਫਾਈ ਕਰਕੇ ਸਵਾਹ ਕੱਢ ਕੇ, ਅਤੇ ਉਸ ਤੋਂ ਬਾਅਦ ਜਿਹੜੇ ਮਾਮੇ ਨੇ ਪਹਿਲਾਂ ਹੀ ਸਾਡੇ ਆਉਣ ਤੋਂ ਪਹਿਲਾਂ ਜਿਹੜੇ ਆਲੂ ਉਬਲਣੇ ਰੱਖਤੇ ਸੀਗੇ, ਅਤੇ ਆਲੂ ਉਬਲੇ ਪਏ ਸੀ, ਬੀਬੀ ਕਹਿੰਦੀ ਵੀ ਜਿਹੜਾ ਧਨੀਆ ਪਾ ਕੇ ਵਧੀਆ ਤਰੀ ਬਣਾ ਕੇ ਕਰਾਰੀ ਜੀ ਆਲੂਆਂ ਦੀ ਸਬਜ਼ੀ ਬਣਾ ਲਓ, ਅਤੇ ਬਸ ਰੋਟੀਆਂ ਬਣਾਉਣੀਆਂ ਸੀ, ਅਤੇ ਫਿਰ ਧਨੀਆ ਬੀਬੀ ਕੇ ਪਾਲਕ ਧਨੀਆ, ਅਤੇ ਇੱਥੇ ਇੱਧਰਲੀ ਸਾਈਡ 'ਤੇ ਜਿਹੜੀ ਘਰ ਦੇ ਵਿੱਚ ਹੀ ਬੀਜਿਆ ਹੋਇਆ ਫਰੈਸ਼ ਫਰੈਸ਼, ਅਤੇ ਮੈਂ ਅੱਗ ਮਚਾ ਕੇ ਜਿਹੜਾ ਬਸ ਤੜਕਾ ਲਾ ਦੂੰਗੀ ਸਬਜ਼ੀ ਨੂੰ।
ਅਤੇ ਫਰੈਂਡਸ ਹੁਣ ਇੱਥੋਂ ਮੈਂ ਬੀਬੀ ਕੇ ਜਿਹੜਾ ਸਾਈਡ 'ਤੇ ਘਰ ਬੀਜਿਆ ਹੋਇਆ ਸੀ ਧਨੀਆ ਮੈਂ ਫਰੈਸ਼ ਧਨੀਆ ਤੋੜ ਲਿਆਈ ਹੈ ਅਤੇ ਬਰੀਕ ਬਰੀਕ ਕੱਟ ਲੂੰਗੀ ਧਨੀਏ ਨਾਲ ਕੀ ਹੈ ਕਿ ਜਿਹੜੀ ਆਲੂਆਂ ਦੀ ਸਬਜ਼ੀ ਤਰੀ ਹੈ ਗਾੜੀ ਗਾੜੀ ਵਧੀਆ ਬਣੂਗੀ ਅਤੇ ਸਮੈਲ ਵੀ ਬਹੁਤ ਵਧੀਆ ਆਉਂਦੀ ਹੈ ਸਬਜ਼ੀ 'ਚੋਂ ਅਤੇ ਵਧੀਆ ਟੇਸਟ ਵੀ ਸਬਜ਼ੀ ਬਣਦੀ ਹੈ ਜੇ ਧਨੀਆ ਹੈ ਤਾਂ ਪਾਲਕ ਵੀ ਜੇ ਆਪਾਂ ਆਲੂਆਂ ਦੀ ਸਬਜ਼ੀ 'ਚ ਪਾਉਂਦੇ ਹਾਂ ਤਾਂ ਵਧੀਆ ਤਰੀ ਬਣਦੀ ਹੈ ਗਾੜੀ ਗਾੜੀ ਵਧੀਆ ਅਤੇ ਸਰਦੀਆਂ 'ਚ ਇਹ ਚੀਜ਼ਾਂ ਵਧੀਆ ਲੱਗਦੀਆਂ ਟੇਸਟ ਵੀ ਲੱਗਦੀਆਂ ਤੇ ਜੀ ਹੁਣ ਆਪਾਂ ਮਸਾਲਾ ਮਿਕਸ ਕਰ ਲਿਆ ਕੁੰਡੇ ਦੇ ਵਿੱਚ ਇੱਥੇ ਆਪਾਂ ਚੁੱਲ੍ਹੇ 'ਤੇ ਖਾਣਾ ਬਣਾ ਰਹੇ ਹਾਂ ਬੀਬੀ ਕੇ ਪਿੰਡ ਵਧੀਆ ਹੀ ਸਾਦੇ ਜੇ ਤਰੀਕੇ ਨਾਲ ਅਤੇ ਬੀਬੀ ਦੇ ਘਰ ਦਾ ਖਾਣਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਖਾਣ ਵਿੱਚ ਕਿਉਂਕਿ ਸਾਰੀਆਂ ਚੀਜ਼ਾਂ ਸਿੰਪਲ ਜਿਹੀਆਂ ਹੁੰਦੀਆਂ ਕੋਈ ਜ਼ਿਆਦਾ ਮਸਾਲੇ ਨਹੀਂ ਹੁੰਦੇ ਇਹਦੇ 'ਚ ਉੱਪਰੋਂ ਹੈ ਜਿਹੜਾ ਚੁੱਲ੍ਹੇ ਦਾ ਖਾਣਾ ਕਈ ਵਾਰ ਆਪਦੀ ਲਾਈਫ 'ਚ ਬਿਜ਼ੀ 'ਚ ਕੀ ਹੁੰਦਾ ਜੀ ਕਿ ਆਪ ਨੂੰ ਕਈ ਵਾਰ ਇੰਨਾ ਬਿਜ਼ੀ ਹੁੰਦੇ ਹਾਂ ਵੀ ਫਾਸਟ ਫਾਸਟ ਹੈ ਜਿਹੜਾ ਖਾਣਾ ਪੀਣਾ ਬਣਾਉਣਾ ਵੀ ਪੈਂਦਾ ਹੈ ਨਾ ਸਾਰਾ ਦਿਨ ਬਿਜ਼ੀ ਹੁੰਦੇ ਹਾਂ ਅਤੇ ਗੈਸ 'ਤੇ ਵੀ ਫਲਾਉਣਾ ਪੈਂਦਾ ਬਟ ਕੀ ਹੈ ਕਿ ਚੁੱਲ੍ਹੇ ਦਾ ਖਾਣਾ ਬਹੁਤ ਜ਼ਿਆਦਾ ਟੇਸਟੀ ਹੁੰਦਾ ਸੋ ਖਾਸ ਕਰ ਜਦੋਂ ਬੀਬੀ ਦੇ ਘਰ ਆਉਂਦੇ ਹਾਂ ਅਤੇ ਬੀਬੀ ਦੇ ਘਰੇ ਅਤੇ ਚੁੱਲ੍ਹੇ ਦਾ ਬਣਿਆ ਖਾਣਾ ਖਾਂਦੇ ਹਾਂ ਤਾਂ ਬਹੁਤ ਹੀ ਜਿਹੜਾ ਵਧੀਆ ਲੱਗਦਾ ਸਕੂਨ ਵੀ ਮਿਲਦਾ ਜੀ ਬਹੁਤ ਸੋ ਮਸਾਲਾ ਮੈਂ ਮਿਕਸ ਕਰ ਲਿਆ ਕੁੰਡੇ ਦੇ ਵਿੱਚ ਧਨੀਆ ਪਾ ਕੇ ਸਾਰਾ ਕੁਛ ਨੂਣ ਨਮਕ ਮਿਰਚ ਆ ਜਿਹੜਾ ਪਾ ਕੇ ਅਤੇ ਮੈਂ ਮਿਕਸ ਕਰ ਲਿਆ ਮਸਾਲਾ ਅਤੇ ਹੁਣ ਮੈਂ ਜਿਹੜਾ ਮਿੱਟੀ ਦੀ ਪਤੀਲੀ ਦੇ ਵਿੱਚ ਤੜਕਾ ਲਗਾਉਂਗੀ ਇਹਨੂੰ ਬੀਬੀ ਨੂੰ ਵੀ ਮਿੱਟੀ ਦੀ ਪਤੀਲੀ ਲਿਆ ਕੇ ਦੇਤੀ ਸੀਗੀ ਕਿਉਂਕਿ ਹੈਲਥ ਲਈ ਵਧੀਆ ਹੁੰਦੀ ਹੈ ਬੀਬੀ ਕਹਿੰਦੀ ਮੈਨੂੰ ਵੀ ਇਹ ਜਿਹੜੀ ਮਿੱਟੀ ਦੀ ਪਤੀਲੀ ਲਿਆ ਕੇ ਦੇ ਸੋ ਮਿੱਟੀ ਦੀ ਪਤੀਲੀ ਆਪਣੀ ਰੱਖਤੀ ਆਪਾਂ ਇੱਕ ਚੁੱਲ੍ਹੇ ਦੇ ਉੱਪਰ ਅਤੇ ਗਰਮ ਹੋ ਰਹੀ ਹੈ ਜਦੋਂ ਪਤੀਲੀ ਚੰਗੀ ਤਰ੍ਹਾਂ ਗਰਮ ਹੋ ਗਈ ਤਾਂ ਆਪਾਂ ਸਰ੍ਹੋਂ ਦੇ ਤੇਲ ਨਾਲ ਜਿਹੜਾ ਦਾਲ ਨੂੰ ਤੜਕਾ ਲਾਵਾਂਗੇ ਬੀਬੀ ਹੈ ਜਿਹੜਾ ਸਰ੍ਹੋਂ ਦੇ ਤੇਲ ਦਾ ਹੀ ਯੂਜ਼ ਕਰਦੇ ਆ ਤੜਕਾ ਲਗਾਉਣ ਨੂੰ ਅਤੇ ਬਸ ਹੁਣ ਆਪਾਂ ਸਬਜ਼ੀ ਨੂੰ ਤੜਕਾ ਲਗਾਵਾਂਗੇ ਜੀ ਅਤੇ ਹੁਣ ਆਪਣਾ ਤੇਲ ਆ ਜਿਹੜਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਪਤੀਲੀ 'ਚ ਅਤੇ ਜੀਰੇ ਨੂੰ ਗਰਮ ਹੋਣ ਦੇਵਾਂਗੇ ਚੰਗੀ ਤਰ੍ਹਾਂ ਅਤੇ ਜਦੋਂ ਜੀਰਾ ਗਰਮ ਹੋ ਗਿਆ ਤਾਂ ਫਿਰ ਉਦੋਂ ਜਿਹੜਾ ਆਪਾਂ ਇਹ ਰਗੜ ਕੇ ਰੱਖਿਆ ਕੁੰਡੇ ਦੇ ਵਿੱਚ ਮਸਾਲਾ ਉਹ ਪਾ ਦਿਆਂਗੇ ਗਰਮ ਗਰਮ ਪਤੀਲੀ ਦੇ ਵਿੱਚ ਅਤੇ ਜਦੋਂ ਇਸ ਤਰ੍ਹਾਂ ਸਰ੍ਹੋਂ ਦੇ ਤੇਲ ਦੇ ਵਿੱਚ ਰਗੜਿਆ ਹੋਇਆ ਕੁੰਡੇ 'ਚ ਮਸਾਲਾ ਪਾਉਂਦੇ ਹਾਂ ਯਕੀਨ ਮੰਨਿਓ ਬਹੁਤ ਵਧੀਆ ਸਮੈਲ ਆਉਂਦੀ ਆ ਅਤੇ ਲਸਣ ਵਗੈਰਾ ਵਿੱਚ ਪਾਈ ਮਸਾਲੇ ਦੀ ਬਹੁਤ ਹੀ ਅੱਛੀ ਸਮੈਲ ਆਉਂਦੀ ਆ ਸੋ ਜਿੰਨਾ ਚਿਰ ਵਧੀਆ ਮਸਾਲਾ ਆਪਾਂ ਇਸ ਤਰ੍ਹਾਂ ਤੜਕਾ ਲਾਉਂਦੇ ਹੁੰਦੇ ਹਾਂ ਜੇ ਸਮੈਲ ਵਧੀਆ ਨਾ ਆਵੇ ਤਾਂ ਫਿਰ ਸਬਜ਼ੀ ਦਾ ਵੀ ਨਹੀਂ ਪਤਾ ਲੱਗਦਾ ਵੀ ਵਧੀਆ ਸਬਜ਼ੀ ਬਣ ਰਹੀ ਹੈ ਸੋ ਹੁਣ ਆਪਾਂ ਜੀ ਮਸਾਲਾ ਜਿਹੜਾ ਪਾਤਾ ਅਤੇ ਕੁੰਡਾ ਜਿਹੜਾ ਆਪਾਂ ਰੱਖ ਦਾਂਗੇ ਕੰਦੋਲੀ 'ਤੇ ਦੇਖੋ ਮਸਾਲਾ ਇਸ ਤਰ੍ਹਾਂ ਭੁੱਜ ਰਿਹਾ ਚੰਗੀ ਤਰ੍ਹਾਂ ਪਹਿਲਾਂ ਮਸਾਲਾ ਭੁੰਨਾਂਗੇ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਇਆ ਜ਼ਿਆਦਾ ਨਹੀਂ ਪਾਇਆ ਉਹ ਵੀ ਕੁੰਡੇ ਨੂੰ ਹੈ ਜਿਹੜਾ ਵੀ ਹਾਂ ਗਾਲ ਕੇ ਜੇ ਪਾਤਾ ਸੀਗਾ ਵਿੱਚ ਸੋ ਪਾਥੀ ਲਾ ਦਿਆਂਗੇ ਚੁੱਲ੍ਹੇ 'ਚ ਅਤੇ ਮਸਾਲਾ ਵਧੀਆ ਜਿਹੜਾ ਭੁੱਜ ਚੁੱਕਿਆ ਵਧੀਆ ਭੁੰਨਣਾ ਮਸਾਲੇ ਨੂੰ ਭੁੰਨਣ ਤੋਂ ਬਾਅਦ ਹੁਣ ਉਬਲੇ ਹੋਏ ਆਲੂ ਆ ਜਿਹੜੇ ਮੈਂ ਫਾੜੀਆਂ ਕਰਕੇ ਰੱਖ ਲਏ ਸੀ ਉਹ ਪਾ ਦੂੰਗੀ
ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦੂੰਗੀ ਮਸਾਲੇ ਦੇ ਵਿੱਚ। ਸੋ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਫਿਰ ਇੱਥੇ ਬੀਬੀ ਰਾਖੀ ਸੀ ਗੜਵੀ ਭਰ ਕੇ ਪਾਣੀ ਦੀ, ਜਿਹੜਾ ਪਾਣੀ ਬੀਬੀ ਭਰ ਕੇ ਪਾਉਂਦੇ ਹੁੰਦੇ ਆ ਦਾਲ ਚ ਮੂੰਹ ਭਾਤ ਅਤੇ ਸਬਜ਼ੀ ਆਪਣੀ ਰਿੱਝ ਕੇ ਤਿਆਰ ਹੋ ਗਈ। ਅਤੇ ਹੁਣ ਹੋ ਗਿਆ ਜੀ ਸਾਡਾ ਰੋਟੀਆਂ ਪਕਾਉਣ ਦਾ ਟਾਈਮ। ਅਤੇ ਹਨੇਰਾ ਬਹੁਤ ਹੋ ਗਿਆ ਸੀਗਾ ਜੀ ਇੱਥੇ, ਚਾਨਣ ਵੀ ਬਹੁਤ ਘੱਟ ਸੀਗਾ। ਅਤੇ ਸੋਰੀ ਜੀ ਕਿਉਂਕਿ ਤੁਹਾਨੂੰ ਕਲੀਅਰ ਨਹੀਂ ਦਿਖ ਰਿਹਾ ਹੋਣਾ, ਬਟ ਤੁਹਾਡੇ ਨਾਲ ਵੀਡੀਓ ਸਾਰੀ ਸ਼ੇਅਰ ਕਰਨੀ ਸੀਗੀ ਅਤੇ ਮੈਂ ਵੀਡੀਓ ਸਾਰੀ ਸ਼ੂਟ ਕੀਤੀ। ਸੋ ਮੈਂ ਬਣਾ ਰਹੀ ਹਾਂ ਰੋਟੀਆਂ ਚੁੱਲ੍ਹੇ 'ਤੇ। ਅਤੇ ਵੈਸੇ ਤਾਂ ਵਿਚਾਰੀ ਬੀਬੀ ਰੋਜ਼ ਆਪ ਹੀ ਪਕਾ ਕੇ ਖਾਂਦੀ ਆ, ਬਟ ਕੀ ਹੈ ਕਿ ਇੱਕ ਦਿਨ ਜੇ ਆਪਾਂ ਬਣਾ ਲਵਾਂਗੇ ਰੋਟੀ, ਹੈ ਨਾ, ਆਪਦੇ ਘਰ ਵੀ ਤਾਂ ਬਣਾਉਣੀ ਹੈ, ਇੱਥੇ ਵੀ ਤਾਂ ਰੋਟੀ ਰੋਜ਼ ਆਪ ਹੀ ਬਣਾਉਣੀ ਆ ਖੁਦ। ਸੋ ਗਰਮਾ ਗਰਮ ਮੈਂ ਬੀਬੀ ਨੂੰ ਕਿਹਾ ਵੀ ਬੀਬੀ ਤੁਸੀਂ ਖਾ ਲਓ, ਅਤੇ ਮੈਂ ਬਣਾ ਦਿੰਦੀ ਹਾਂ। ਅਤੇ ਮੈਨੂੰ ਇੰਨੀ ਜ਼ਿਆਦਾ ਭੁੱਖ ਹੈ ਨਹੀਂ ਸੀਗੀ, ਅਤੇ ਮੈਂ ਕਿਹਾ ਵੀ ਚਲੋ ਮੈਂ ਥੋੜ੍ਹਾ ਜਿਹਾ ਲੇਟ ਹੀ ਖਾਊਂਗੀ। ਅਤੇ ਹਰਫ ਵੀ ਕਹਿ ਦਿੱਤਾ ਸੀ ਵੀ ਤੂੰ ਰੋਟੀ ਖਾ ਲਾ।